ਇਨਸਟਰਕਸ਼ਨ ਕਹਿ ਰਿਹਾ ਕਿ ਟੂ ਵਰਡਸ ਤੋਂ ਜ਼ਿਆਦਾ ਅਨਸਰ ਨਾ ਆਏ। ਮਤਲਬ ਅਨਸਰ ਸਾਡਾ 1 ਵਰਡ ਵੀ ਟੂ ਵਰਡ ਵੀ ਆ ਸਕਦਾ ਆ ਬਟ ਟੂ ਵਰਡਸ ਤੋਂ ਜ਼ਿਆਦਾ ਅਨਸਰ ਨਹੀਂ ਆ ਸਕਦਾ ਇਹ ਵੀ ਗੱਲ ਕਲੀਅਰ ਹੈ। ਜੇ ਇਥੇ ਉਹਨਾਂ ਨੇ ਵਰਡਸ ਬੋਲਿਆ ਹੋਇਆ ਤਾਂ ਅਨਸਰ ਅਸੀਂ ਵਰਡਸ ਦੇ ਵਿੱਚ ਲਿਖਣਾ ਆ ਕੋਈ ਨੰਮੈਰਿਕਲ ਨੰਬਰ ਨਹੀਂ ਲਿਖਣਾ। ਸਪੋਜ਼ ਕਰੋ ਕਿ ਉੱਥੇ ਸਾਨੂੰ 기ਵਨ ਹੈ ਸੈਕਸ। ਠੀਕ ਹੈ ਇੱਥੇ ਸਾਨੂੰ ਵਰਡ 기ਵਨ ਹੈ ਤਾਂ ਆਨਸਰ ਆਪਣਾ SIX ਪ੍ਰੋਪਰ ਸਿਕਸ ਜਾਊਗਾ ਵਰਡ ਦੇ ਵਿੱਚ ਜੇ ਤੁਸੀਂ ਨੰਮੈਰਿਕਲ ਨੰਬਰ ਨੂੰ ਐਡ ਕਰਦੇ ਹੋ ਦੈਨ ਉਹ ਚੀਜ਼ ਗਲਤ ਹੈਗੀ ਆ ਸੋ ਵੀ ਹੈਵ ਟੂ ਮੇਕ ਸ਼ੋਰ ਕਿ ਜਿਉਂਨਾ ਨੇ ਵਰਡਸ ਬੋਲੇ ਆ ਤਾਂ ਵਰਡਸ ਦੇ ਵਿੱਚ ਹੀ ਆਪਾਂ ਨੰਮੈਰਿਕਲ ਵੈਲਿਊ ਨੂੰ ਲਿਖਣਾ ਹੁੰਦਾ ਆ ਇਹ ਆਪਣਾ ਫਸਟ ਸਟੈਪ ਆ ਸੋ ਇਹਦੇ ਵਿੱਚ ਕੀ ਆ ਕਿ ਦੋ ਵਰਡ ਤੋਂ ਜ਼ਿਆਦਾ ਆਨਸਰ ਆਪਣਾ ਆਉਣਾ ਨਹੀਂ ਆ ਮਤਲਬ 1 ਵੀ ਆ ਸਕਦਾ 2 ਵੀ ਆ ਸਕਦਾ ਹੁਣ ਆਪਣਾ ਜੋ ਮੇਨ ਕਾਮ ਆ ਆਪਾਂ ਕੀ ਕਰਨਾ ਆ ਕੁਐਸਚਨ ਨੂੰ ਅੰਡਰਸਟੈਂਡ ਕਰਨਾ ਕਿ ਕੁਐਸਚਨ ਦੇ ਵਿੱਚ ਕਿਸ ਚੀਜ਼ ਦੀ ਡਿਮਾਂਡ ਸਾਨੂੰ ਕਹੀ ਗਈ ਆ ਕੀ ਚੀਜ਼ ਪੁੱਛੀ ਗਈ ਆ ਉਹ ਜੇ ਸਾਨੂੰ ਕਲੀਅਰ ਹੋਏਗਾ ਥੈਨ ਸਾਨੂੰ ਲੋਕੇਸ਼ਨ ਮਿਲੂਗੀ ਐਂਡ ਐਗਜ਼ੈਕਟ ਸਾਡਾ ਆਨਸਰ ਆ ਉਹ ਮਿਲੂਗਾ ਸੋ ਆਪਾਂ ਦੇਖਦੇ ਆ ਬਿਫੋਰ ਪਰਕਿੰਸ ਡਿਸਕਵਰੀ ਇੱਕ ਪਰਸਨ ਦਾ ਨੇਮ ਆ ਪਰਕਿੰਸ ਕਹਿੰਦੇ ਕਿ ਉਹਦੀ ਡਿਸਕਵਰੀ ਤੋਂ ਪਹਿਲਾਂ ਵਿਦ ਵਟ ਗਰੁੱਪ ਕਿਹੜੇ ਗਰੁੱਪ ਦੇ ਨਾਲ ਵਾਸ ਦਾ ਕਲਰ ਪਰਪਲ ਐਸੋਸੀਏਟਡ ਪਰਪਲ ਕਲਰ ਕਿਹੜੇ ਗਰੁੱਪਰ ਦੇ ਨਾਲ ਐਸੋਸੀਏਟ ਮਤਲਬ ਕਨੈਕਟ ਸਿਗਾ ਕਿਹਦੇ ਨਾਲ ਜੁੜਿਆ ਹੋਇਆ ਸੀ ਉਹ ਆਪਾਂ ਦੇਖਣਾ ਆ ਕਿਹੜਾ ਗਰੁੱਪ ਹੈਗਾ ਆ ਠੀਕ ਹੈ ਜਿਹਦੇ ਨਾਲ ਉਹ ਜੁੜਿਆ ਸੀਗਾ ਇਹ ਚੀਜ਼ ਨੂੰ ਆਪਾਂ ਆਇਡੈਂਟੀਫਾਈ ਕਰਨਾ ਆਪਾਂ ਪਹਿਲਾਂ ਕੁਐਸਚਨ ਨੂੰ ਅੰਡਰਸਟੈਂਡ ਕਰ ਲੈ ਕਿ ਕੁਐਸਚਨ ਦੇ ਵਿੱਚ ਸਾਨੂੰ ਕਿਹੜੀ ਗੱਲ ਕਹੀ ਆ ਸੋ ਕੁਐਸਚਨ ਦੇ ਵਿੱਚ ਉਹਨਾਂ ਨੇ ਕਿਹਾ ਹੋਇਆ ਕਿ ਪਰਕਿੰ ਨੇ ਡਿਸਕਵਰੀ ਤੋਂ ਪਹਿਲਾਂ ਉਹ ਕਿਹੜੇ ਗਰੁੱਪ ਦੇ ਨਾਲ ਜੁੜਿਆ ਹੋਇਆ ਸੀ ਹਾਂਜੀ ਹਾਂਜੀ ਸੋ ਇਹਦੇ ਵਿੱਚ ਕੀ ਹੈਗਾ ਆਪਣਾ ਕੀਵਰਡ ਕੀਵਰਡ ਕੀ ਹੋਊਗਾ ਪਰਪਲ ਕਲਰ ਦੀ ਜਿੱਥੇ ਗੱਲ ਹੋ ਰਹੀ ਹੋਵੇ ਠੀਕ ਹੈ ਕਿਹੜੇ ਗਰੁੱਪ ਦੇ ਨਾਲ ਉਹ ਜੁੜਿਆ ਸੀ ਉਹ ਆਪਾਂ ਫਾਈਂਡ ਆਊਟ ਕਰਨਾ ਆ ਸੋ ਦੇਖੋ ਹੁਣ ਮੈਂ ਤੁਹਾਨੂੰ ਲੋਕੇਸ਼ਨ ਤੇ ਲੈ ਕੇ ਜਾਵਾਂਗੀ ਵਿਦ ਦਾ ਹੈਲਪ ਆਫ ਕੀਵਰਡਸ ਕੀਵਰਡਸ ਦੀ ਹੈਲਪ ਨਾਲ ਆਪਾਂ ਲੋਕੇਸ਼ਨ ਤੇ ਜਾਵਾਂਗੇ ਸੋ ਇੱਥੇ ਫਾਈਂਡ ਆਊਟ ਕਰੋ ਪਰਪਲ ਕਲਰ ਐਂਡ ਆਲਵੇਸ ਕਿਵੇਂ ਕਰਨਾ ਆ ਇਸ ਤਰੀਕੇ ਦੇ ਨਾਲ ਕਰਨਾ ਹੁੰਦਾ ਸਕੈਨ ਉਹਦਾ ਆਪਾਂ ਜੇ ਵਨ ਵਨ ਲਾਈਨ ਕਰਦੇ ਆ ਸੋ ਟਾਈਮ ਕੰਜ਼ਿਊਮਿੰਗ ਆ ਜੇ ਆਪਾਂ ਇਸ ਤਰੀਕੇ ਨਾਲ ਕਰਦੇ ਆ ਤਾਂ ਇਹ ਟਾਈਮ ਸੇਵ ਹੈਗਾ ਆ ਪਰਪਲ ਕਲਰ ਕਿਤੇ ਗੱਲ ਮਿਲ ਜੇ ਸਾਨੂੰ ਨੋ ਇੱਥੇ ਹੈ ਨੀਗਾ ਚਲੋ ਨੈਕਸਟ ਦੇ ਦੇਖ ਲੈਣੇ ਆ ਪਰਪਲ ਕਲਰ ਸੋ ਆ ਦੇਖੋ ਮਿਲ ਗਿਆ ਠੀਕ ਹੈ ਕਿਹੜੇ ਗਰੁੱਪ ਦੇ ਨਾਲ ਸੀਗਾ ਉਹ ਠੀਕ ਹੈ ਕਿੰਨਾ ਵਾਸਤੇ ਸੀਗਾ ਉਹ ਆਪਾਂ ਆਇਡੈਂਟੀਫਾਈ ਕਰਨਾ ਕਿ ਸੋਸਾਇਟੀ ਦੇ ਕਿਹੜੇ ਲੋਕਾਂ ਨੂੰ ਉਹ ਪਸੰਦ ਕਰਦਾ ਸੀ ਮਤਲਬ ਕਿਹੜੀ ਚੀਜ਼ ਦੇ ਨਾਲ ਉਹ ਕਨੈਕਟ ਸੀਗਾ ਉਹ ਆਪਾਂ ਦੇਖਾਂਗੇ ਸੋ ਇਹ ਲਾਈਨ ਦੀ ਸਟਾਰਟਿੰਗ ਕਿੱਥੋਂ ਹੋ ਰਹੀ ਹੈ ਇਨਡੀਡ ਤੋਂ ਠੀਕ ਹੈ ਕਿੱਥੇ ਤੱਕ ਚੱਲ ਰਹੀ ਹੈ ਹਾਂਜੀ ਸੋ ਕੀ ਆਨਸਰ ਆਇਆ ਦ ਰਿਚ ਕਿਵੇਂ ਕੀ ਕਿਆ ਹੋਇਆ ਦ ਪਰਪਲ ਕਲਰ ਪਰਪਲ ਕਲਰ ਜਿਹੜਾ ਆ ਉਹ ਕਹਿੰਦੇ ਸਨੀਲ ਤੋਂ ਐਕਸਟ੍ਰੈਕਟ ਮਤਲਬ ਲਿਆ ਜਾਂਦਾ ਆ ਇਟ ਵਾਸ ਸੋ ਕੋਸਟਲੀ ਇਨ ਦ ਸੋਸਾਇਟੀ ਸੋਸਾਇਟੀ ਦੇ ਵਿੱਚ ਬਹੁਤ ਮਹਿੰਗਾ ਕਲਰ ਹੈ ਠੀਕ ਹੈ ਕੌਣ ਇਹਨੂੰ ਅਫੋਰਡ ਕਰ ਸਕਦੇ ਆ ਕਿਹੜੇ ਇਹਨੂੰ ਲੈ ਸਕਦੇ ਆ ਉਹ ਹੈ ਦ ਰਿਚ ਆਨਸਰ ਕੀ ਆ ਗਿਆ ਆਪਣਾ ਕਿਹੜੇ ਗਰੁੱਪ ਵਾਲੇ ਲੈ ਸਕਦੇ ਆ ਜਿਹੜੇ ਲੋਕ ਰਿਚ ਫੈਮਲੀ ਤੋਂ ਬਿਲੋਂਗ ਕਰਦੇ ਆ ਸੋ ਉਹ ਲੈ ਸਕਦੇ ਕਿਹੜੇ ਗਰੁੱਪ ਵਾਲਿਆਂ ਨਾਲ ਕਨੈਕਟ ਸੀਗਾ ਉਹ ਸੀ ਰਿਚ ਹੁਣ ਸੇਮ ਸਟ੍ਰੈਟਜੀ ਸੈਕੰਡ ਕੁਐਸਚਨ ਦੇ ਵਿੱਚ ਆਪਾਂ ਅਪਲਾਈ ਕਰਾਂਗੇ ਵਟ ਪੋਟੈਂਸ਼ੀਅਲ ਡੈਡ ਪਰਕਿੰਸ ਇਮੀਡੀਏਟਲੀ ਅੰਡਰਸਟੈਂਡ ਥੈਟ ਹਿਸ ਨਿਊ ਡਾਈ ਹੈਂਡ ਮਤਲਬ ਉਹਨੂੰ ਕਿਵੇਂ ਦਾ ਫੀਲ ਹੋਇਆ ਸੀ ਠੀਕ ਹੈ ਕਿਦੇ ਬਾਰੇ ਉਨੇ ਜਿਹੜੀ ਨਿਊ ਡਾਈ ਬਣਾਈ ਸੀ ਉਹਦੇ ਬਾਰੇ ਉਹਨੂੰ ਕਿਹੜੀ ਚੀਜ਼ ਜਿਹੜੀ ਆ ਅੰਡਰਸਟੈਂਡ ਹੋਈ ਸੀ ਕਿਵੇਂ ਦਾ ਉਹਨੂੰ ਫੀਲ ਹੋਇਆ ਸੀ ਆਪਣੀ ਨਿਊ ਡਾਈ ਦੇ ਬਾਰੇ ਸੋ ਆਪਾਂ ਦੇਖਦੇ ਹਾਂ ਨਿਊ ਦੀ ਗੱਲ ਕਿੱਥੇ ਹੋ ਰਹੀ ਆ ਇਮੀਡੀਏਟਲੀ ਦੀ ਗੱਲ ਕਿੱਥੇ ਹੋ ਰਹੀ ਆ ਠੀਕ ਹੈ ਕਿਵੇਂ ਦਾ ਉਹਨੂੰ ਲੱਗਾ ਸੀਗਾ ਉਹ ਆਪਾਂ ਫਾਈਂਡ ਆਊਟ ਕਰਾਂਗੇ ਸੋ ਇੱਥੇ ਤੱਕ ਤਾਂ ਆਪਾਂ ਨੂੰ ਮਿਲ ਗਿਆ ਸੀਗਾ ਆਪਣਾ ਠੀਕ ਹੈ आप so, हाँ देखते देख दे हैं कि न्यू डाई की गल कि हो रही आउट करने की गल हाँ जी ए रहा पर ठीक है उ इमीडिएटली इतना इंस्टेंट रिकोगनाइज मतलब जल्दी उन्हें फाइंड आउट किया आ रहा न्यू डाई केड़ी चीज देखी कमरशियल कमर्शियल तो कमर्शिकल। दे। कमर्शिकल। दे। हाँ जी ਕਮਰਸ਼ੀਅਲ ਇਹਦਾ ਆਨਸਰ ਆਊਗਾ ਕਿਵੇਂ ਉਹਨਾਂ ਨੇ ਕਿਹਾ ਕਿਉਂਕਿ ਸਾਨੂੰ ਸੀਗਾ ਕਿ ਉਹਨੂੰ ਕਿਹੜੀ ਚੀਜ਼ ਫੀਲ ਹੋਈ ਆ ਆਪਣੀ ਡਾਈ ਦੇ ਬਾਰੇ ਉਹਨੇ ਕੀ ਕਿਹਾ ਕਿ ਉਹਨੂੰ ਉਹਦਾ ਰਿਐਕਸ਼ਨ ਸੀਗਾ ਕਿ ਇਹਦੀ ਕਮਰਸ਼ੀਅਲ ਪੋਸੀਬਿਲਿਟੀਆਂ ਹੈਗੀਆਂ ਸੋ ਉਹਨੇ ਕਿਹੜੀ ਚੀਜ਼ ਨੂੰ ਆਈਡੈਂਟੀਫਾਈ ਕੀਤਾ ਜੇ ਆਪਾਂ ਪ੍ਰੋਪਰ ਵੇ ਨਾਲ ਰੀਡ ਵੀ ਕਰਦੇ ਆ ਸੋ ਇਹੀ ਚੀਜ਼ ਦੇ ਵਿੱਚ ਉਹਨਾਂ ਨੇ ਕਿਹਾ ਹੋਇਆ ਹੈ ਦ ਮੋਸਟ ਫੈਸੀਨੇਟਿੰਗ ਆਫ ਆਲ ਪਰਕਿੰਗਸ ਰਿਐਕਸ਼ਨ ਟੂ ਹਿਸ ਫਾਇੰਡ ਕਿਹੜਾ ਉਹਨਾਂ ਦਾ ਕਹਿੰਦੇ ਰਿਐਕਸ਼ਨ ਬਹੁਤ ਵਧੀਆ ਰਿ ਆਪਣੀ ਫਾਈਨਡਿੰਗ ਦੇ ਰਿਲੇਟਡ ਉਹਨਾਂ ਨੇ ਜਲਦੀ ਇਨਸਟੈਂਟ ਮਤਲਬ ਜਲਦੀ ਹੀ ਰਿਕੋਗਨਾਈਜ਼ ਮਤਲਬ ਫਾਇੰਡ ਆਊਟ ਕਰ ਲਿਆ ਕਿ ਉਹਨਾਂ ਦੀ ਜਿਹੜੀ ਨਿਊ ਡਾਈ ਹੈਗੀਆਂ ਆ ਉਹਦੀਆਂ ਕਮਰਸ਼ੀਅਲ ਪੋਸੀਬਿਲਿਟੀਆਂ ਹੈਗੀਆਂ ਆ ਕੁਐਸਚਨ ਦੇ ਵਿੱਚ ਕੀ ਚੀਜ਼ ਆ ਕਿਹਾ ਸੀਗਾ ਸੋ ਦੇਖੋ ਕੁਐਸਚਨ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਉਹਨੂੰ ਕਿਹੜੀ ਚੀਜ਼ ਆਪਣੀ ਡਾਈ ਬਾਰੇ ਪਤਾ ਲੱਗੀ ਆ ਸੋ ਇੱਥੇ ਸਾਨੂੰ ਮਿਲ ਗਿਆ ਕਿ ਉਹਨੂੰ ਕਮਰਸ਼ੀਅਲ ਪੋਸਿਬਿਲਿਟੀਆਂ ਦੇ ਬਾਰੇ ਪਤਾ ਲੱਗ ਗਿਆ ਸੀ ਸੋ ਆਨਸਰ ਕੀ ਆ ਗਿਆ ਆਪਣਾ ਕਮਰਸ਼ੀਅਲ ਹੁਣ ਸੇਮ ਸਟ੍ਰੈਟਜੀ 3rd ਕੁਐਸਚਨ ਦੇ ਵਿੱਚ ਆਊਗੀ ਹੁਣ ਇੱਥੇ ਦੇਖੋ ਵਟ ਵਾਸ ਦ ਨੇਮ ਫਾਈਨਲੀ ਯੂਜ਼ਡ ਟੂ ਰੈਫਰ ਟੂ ਦ ਫਰਸਟ ਕਲਰ ਪਰਕਿੰਸ ਇਨਵੈਂਟਡ ਜਿਹੜਾ ਪਰਕਿੰ ਨੇ ਫਰਸਟ ਕਲਰ ਇਨਵੈਂਟ ਕੀਤਾ ਸੀ ਠੀਕ ਹੈ ਉਹਨੂੰ ਫਾਈਨਲੀ ਐਟ ਦ ਐਂਡ ਕਿਹੜੇ ਨਾਮ ਨਾਲ ਬੁਲਾਇਆ ਜਾਂਦਾ ਸੀ ਉਹ ਆਪਾਂ ਨੇਮ ਫਾਈਂਡ ਆਊਟ ਕਰਨਾ ਹੈ ਸੋ ਦੇਖਦੇ ਹਾਂ ਕਿ ਉਹਦਾ ਜਿਹੜਾ ਫਰਸਟ ਕਲਰ ਸੀ ਉਹਨੂੰ ਕਿਹੜੇ ਨਾਮ ਨਾਲ ਐਟ ਦ ਐਂਡ ਫਾਈਨਲੀ ਮਤਲਬ ਐਟ ਦ ਐਂਡ ਲਾਸਟਲੀ ਬੁਲਾਇਆ ਗਿਆ ਸੋ ਦੇਖਦੇ ਹਾਂ ਕਿੱਥੇ ਸਾਨੂੰ ਇਹਨਾਂ ਦੀ ਗੱਲ ਮਿਲਦੀ ਆ ਉਹ ਸਾਡੀ ਲੋਕੇਸ਼ਨ ਹੋ ਜੂਗੀ ਸੋ ਇੱਥੇ ਤੱਕ ਤਾਂ ਹੋ ਗਿਆ ਸਿਗਾ ਠੀਕ ਹੈ ਸੋ ਆ ਦੇਖੋ ਉਹਨਾਂ ਨੇ ਕਿਹਾ ਹੋਇਆ ਨੇਮ ਠੀਕ ਹੈ ਮਿਲ ਗਿਆ ਨਾ ਸਾਨੂੰ ਡਾਈ ਦੀ ਵੀ ਨਾਲ ਹੀ ਗੱਲ ਮਿਲ ਗਈ ਆ ਸੋ ਦੇਖੋ ਹੁਣ ਉਹਨਾਂ ਨੇ ਕਿਹੜਾ ਨਾਮ ਉਹਦਾ ਸੋਚਿਆ ਸੀਗਾ ਐਂਡ ਦੇ ਵਿੱਚ ਸੋ ਲਾਈਨ ਦੀ ਸਟਾਰਟਿੰਗ ਕਿੱਥੋਂ ਆ ਪਰ ਕਿੰਤੋਂ ਕਿਥੇ ਤੱਕ ਚੱਲ ਰਹੀ ਆ ਵਾਇਲਟ ਤੱਕ ਚੱਲ ਰਹੀ ਆ ਨੋਨ ਐਜ਼ ਮਾਊਸ ਯੈਸ ਹਾਂਜੀ ਆਨਸਰ ਬਿਲਕੁਲ ਸਹੀ ਆ ਪਹਿਲਾਂ ਉਹਨਾਂ ਨੇ ਆਪਣਾ ਜਿਹੜਾ ਸੀ ਏ ਨਾਮ ਸੋਚਿਆ ਹੋਇਆ ਸੀਗਾ ਠੀਕ ਹੈ ਲੇਟਰ ਠੀਕ ਹੈ ਬਾਅਦ ਵਿੱਚ ਲੇਟਰ ਕੀ ਹੁੰਦਾ ਬਾਅਦ ਵਿੱਚ ਐਂਡ ਦੇ ਵਿੱਚ ਉੱਥੇ ਸਾਨੂੰ ਲੇਟਰ ਦੀ ਜਗ੍ਹਾ ਤੇ ਕਿਹੜਾ ਨਾਮੀਂ 기ਵਨ ਹੈ ਫਾਈਨਲੀ ਠੀਕ ਹੈ ਐਟ ਦ ਐਂਡ ਕਿਹੜੇ ਨਾਮ ਨਾਲ ਬੁਲਾਇਆ ਗਿਆ ਮਾਵੀ ਠੀਕ ਹੈ ਸੋ ਅਨਸਰ ਕੀ ਆ ਗਿਆ ਆਪਣਾ A ਵਾਲਾ ਜੇ ਹੁਣ ਬੱਚਿਆਂ ਨੇ ਇਹ ਕੁਐਸਚਨ ਨਹੀਂ ਅੰਡਰਸਟੈਂਡ ਕੀਤਾ ਹੁੰਦਾ ਤਾਂ ਉਹ ਡੈਫੀਨਿਟਲੀ ਜਿਹੜਾ ਆ ਉਹ ਵਾਲਾ ਲਾ ਕੇ ਆਉਂਦੇ ਕਿਉਂਕਿ ਉਹਨਾਂ ਨੇ ਇਹ ਚੀਜ਼ ਨੂੰ ਨਹੀਂ ਦੇਖਿਆ ਕਿ ਉਹਨਾਂ ਨੇ ਕਿਹੜੇ ਟਾਈਮ ਤੇ ਪੁੱਛਿਆ ਹੋਇਆ ਸੀ ਉਹਨਾਂ ਨੇ ਕਿਹਾ ਐਂਡ ਤੇ ਕੀ ਬੁਲਾਇਆ ਗਿਆ ਇਹ ਤਾਂ ਸਟਾਰਟ ਨਾਲ ਹੀ ਆ ਨਾ ਜਦੋਂ ਸਟਾਰਟ ਹੋਇਆ ਸੀ ਉਦੋਂ ਕੀ ਬੁਲਾਇਆ ਜਾਂਦਾ ਸੀ ਬਟ ਸਾਨੂੰ ਕੁਐਸਚਨ ਦੇ ਵਿੱਚ ਕੀ ਸੀਗਾ ਐਟ ਦ ਐਂਡ ਕਿਹੜੇ ਨਾਮ ਨਾਲ ਬੁਲਾਇਆ ਜਾਂਦਾ ਸੀ ਐਂਡ ਦੇ ਵਿੱਚ ਸੋ ਐਂਡ ਦੇ ਵਿੱਚ ਕੀ ਉਹਨਾਂ ਨੇ ਯੂਜ਼ ਕੀਤਾ ਸੀ ਉਹ ਸੀ ਮਾਫੀ ਠੀਕ ਹੈ ਸੋ ਆਨਸਰ ਆਪਣਾ ਆ ਗਿਆ ओके ਹਾਂਜੀ ਹੁਣ ਆਹ ਕੁਐਸਚਨ ਜਿਹੜਾ ਤੁਸੀਂ ਆਪ ਰੀਡ ਆਊਟ ਕਰੋਗੇ ਆਪ ਹੀ ਕੀਵਰਡ ਨੂੰ ਫਾਈਂਡ ਆਊਟ ਕਰੋ ਐਂਡ ਖੁੱਦ ਲੋਕੇਸ਼ਨ ਨੂੰ ਲੱਭੋ ਔਰ 3 ਡਾਊਟ ਕਰੋ ਕੀਵਰਡ ਨੂੰ ਪਿਕ ਕਰੋ ਇਹਦੇ ਵਿੱਚੋਂ ਐਂਡ THEN ਤੁਸੀਂ ਲੋਕੇਸ਼ਨ ਤੇ ਜਾਓ ਸੋ ਦੇਖਦੇ ਹਾਂ ਕਿ ਤੁਹਾਨੂੰ ਕੀ ਚੀਜ਼ ਅੰਡਰਸਟੈਂਡ ਇਹਦੇ ਵਿੱਚ ਹੁੰਦੀ ਆ ਇੱਥੇ ਤੱਕ ਹੋ ਚੁੱਕਿਆ ਸੀ ਅੱਗੇ ਤੁਸੀਂ ਦੇਖੋ ਮੈਂ ਰਾਬਰਟ ਪੁਲਰ ਹਾਂਜੀ ਯੈਸ ਬਿਲਕੁਲ ਸਹੀ ਆ ਠੀਕ ਹੈ ਉਹ ਕਿੰਨਾ ਤੋਂ ਐਡਵਾਈਸ ਲੈਂਦਾ ਸੀ ਠੀਕ ਹੈ ਉਹ ਸੀ ਰੋਬਰਟ ਪੁੱਲਰ ਤੋਂ ਕੁਐਸਚਨ ਕੀ ਕਹਿ ਰਿਹਾ ਸੀਗਾ ਕੁਐਸਚਨ ਦੇ ਵਿੱਚ ਸਾਨੂੰ ਕਿਹਾ ਸੀ ਉਹ ਕਿਹੜਾ ਪਰਸਨ ਆ ਜਿਹਦੇ ਨਾਲ ਪਰਕਿਨ ਕੰਸਲਟ ਕਰਦਾ ਸੀ ਇੱਥੇ ਕਿ ਸਾਨੂੰ ਉਹਦੀ ਜਗ੍ਹਾ ਤੇ ਸੰਨੀਆਂ ਮਿਲਿਆ ਕੰਸਲਟ ਦੀ ਜਗ੍ਹਾ ਤੇ ਐਡਵਾਈਸ ਕਿੰਨਾ ਤੋਂ ਐਡਵਾਈਸ ਲੈਂਦਾ ਸੀ ਉਹ ਸੀਗੇ ਰੋਬਰਟ ਪੁੱਲਰ ਤੋਂ ਠੀਕ ਹੈ ਸੋ ਆਨਸਰ ਆਪਣਾ ਏ ਆ ਗਿਆ ਹੁਣ ਨੈਕਸਟ ਦੇ ਵਿੱਚ ਕੀ ਕਹਿ ਰਿਹਾ ਹੁਣ ਉਹਨੂੰ ਤੁਸੀਂ ਅੰਡਰਸਟੈਂਡ ਕਰੋ ਕਿਹੜੀ ਕੰਟਰੀ ਦੇ ਵਿੱਚ ਪਰ ਕਿੰਨੇ ਜਿਹੜਾ ਨਿਊ ਕਲਰ ਇਨਵੈਂਟ ਕੀਤਾ ਸੀ ਉਹ ਫੈਸ਼ਨੇਬਲ ਬਣਿਆ ਸੀ ਪਹਿਲੀ ਕੰਟਰੀ ਕਿਹੜੀ ਸੀ ਫਸਟ ਕਿਹੜੀ ਸੀ ਉਹ ਤੁਸੀਂ ਫਾਈਂਡ ਆਊਟ ਕਰਨਾ ਹੈ ਕਨਫਿਊਜ਼ ਕਰਨ ਲਈ ਉਹਨਾਂ ਨੇ ਤੁਹਾਨੂੰ ਕਾਫੀ ਜ਼ਿਆਦਾ ਕੰਟਰੀਜ਼ ਦੇ ਨੇਮ ਗਿਵਨ ਹੋਣੇ ਆ ਬਟ ਯੂ ਹੈਵ ਟੂ ਫਾਈਂਡ ਆਊਟ ਦ ਫਸਟ ਕੰਟਰੀ ਕਿਹੜੀ ਆ ਨਾਸਟ੍ਰਾਸ ਯੈਸ ਅ ਆਨਸਰ ਇਜ਼ ਫਰਾਂਸ ਕਿੱਥੇ ਕਿਹਾ ਹੋਇਆ ਫਰਾਂਸ ਉਹਨਾਂ ਨੇ ਦੇਖੋ ਹਾਂਜੀ ਨਿਊ ਕਲਰ ਮਿਲ ਗਿਆ ਠੀਕ ਹੈ ਫੈਸ਼ਨੇਬਲ ਵਰਡ ਮਿਲ ਗਿਆ ਆਪਾਂ ਨੂੰ ਸੋ ਕਿਹੜੀ ਕੰਟਰੀ ਸੀਗੀ ਆਪਾਂ ਰੀਡ ਆਊਟ ਕਰਦੇ ਹਾਂ ਦ ਕੰਪਨੀ ਰੀਸੀਵਡ ਅ ਕਮਰਸ਼ੀਅਲ ਬੂਸਟ ਉਹਨਾਂ ਨੂੰ ਪੈਸਾ ਆਉਣਾ ਕਿੱਥੋਂ ਸ਼ੁਰੂ ਹੋਇਆ ਫਰਾਂਸ ਦੇ ਵਿੱਚੋਂ ਜਿੱਥੇ ਉਹਨਾਂ ਨੇ ਆਪਣਾ ਫਰਸਟ ਕਲਰ ਇਨਵੈਂਟ ਕੀਤਾ ਸੀ ਤੇ ਉਹਨਾਂ ਨੇ ਆਪਣਾ ਪਹਿਲਾ ਕਲਰ ਇਨਵੈਂਟ ਕੀਤਾ ਸੀ ਉਹ ਕਿਹੜੀ ਕੰਟਰੀ ਸੀ ਜਿੱਥੇ ਉਹਨਾਂ ਨੂੰ ਪੈਸਾ ਮਿਲਿਆ ਫਰਾਂਸ ਦੇ ਵਿੱਚ ਉਹਨਾਂ ਨੇ ਫਰਸਟ ਟਾਈਮ ਕੀ ਕੀਤਾ ਸੀਗਾ ਠੀਕ ਹੈ ਸੋ ਆਨਸਰ ਕੀ ਆ ਗਿਆ ਆਪਣਾ ਫਰਾਂਸ ਠੀਕ ਹੈ ਹੁਣ ਆ ਵੀ ਜਿਹੜਾ ਨੈਕਸਟ ਕੁਐਸਚਨ ਆ ਇਹਦੇ ਵਿੱਚ ਵੀ ਤੁਹਾਨੂੰ ਉਹਨਾਂ ਨੇ ਕਨਫਿਊਜ਼ ਕਰਨਾ ਆ ਸੋ ਇਹਦੇ ਵਿੱਚ ਵੀ ਕਾਫੀ ਜ਼ਿਆਦਾ ਡਿਜ਼ੀਜ਼ਸ ਦੇ ਨੇਮ গিਵਨ ਆ ਬਟ ਤੁਸੀਂ ਫਾਈਂਡ ਆਊਟ ਕਰਨਾ ਹੁਣ ਕੁਐਸਚਨ ਦੇ ਅਕੋਰਡਿੰਗ ਕੀ ਕਿਹਾ ਆ ਪੈਸੇਜ ਦੇ ਅਕੋਰਡਿੰਗ ਕਿਹੜਾ ਡਿਜ਼ੀਜ਼ ਸਿਗਾ ਜੋ ਹੁਣ ਰਿਸਰਚਰ ਦੇ ਦੁਆਰਾ ਟਾਰਗੇਟ ਕੀਤਾ ਗਿਆ ਆ ਸੰਥੈਟਿਕ ਡਾਈਜ਼ ਦੀ ਹਲਪ ਨਾਲ ਠੀਕ ਹੈ ਕਿਹੜਾ ਹੁਣ ਕਰ ਰਿਹਾ ਉਹਨਾਂ ਨੇ ਕਨਫਿਊਜ਼ ਕਰਨ ਲਈ ਤੁਹਾਨੂੰ ਫਿਊਚਰ ਵੀ 기ਵਨ ਹੋ ਸਕਦਾ ਪਾਸਟ ਵੀ ਹੋ ਸਕਦਾ ਬਟ ਵੀ ਹੈਵ ਟੂ ਫਾਈਂਡ ਜਿਹਦੇ ਤੇ ਹੁਣ ਕੰਮ ਚੱਲ ਰਿਹਾ ਆ ਉਹ ਆਪਾਂ ਦੇਖਣਾ ਆ ਸੋ ਦੇਖੋ ਕੋਈ ਬਿਮਾਰੀ ਜਿਹੜੀ ਚੱਲ ਰਹੀ ਆ ਕਿੱਥੇ ਆ ਦੀ ਗੱਲ ਹੋ ਰਹੀ ਮਲੇਰੀਆ ਹਾਂਜੀ ਆਨਸਰ ਇਜ਼ ਮਲੇਰੀਆ ਆਹ ਵਾ ਅ ਲਾਸਟ ਦੇ ਵਿੱਚ ਸਾਨੂੰ 기ਵਨ ਹੈ ਮਲੇਰੀਆ ਕਿਵੇਂ ਦੇਖੋ ਉਹਨਾਂ ਨੇ ਕੀ ਕਿਹਾ ਐਂਡ ਇਨ ਵਟ ਵੁੱਡ ਹੈਵ ਬੀ ਪਾਰਟਿਕੂਲਰਲੀ ਪਲੀਜ਼ਿੰਗ ਟੂ ਪਰਕਿੰਗ ਥੇਅਰ ਕਰੰਟ ਯੂਜ਼ ਉੱਥੇ ਸੀਗਾ ਨਾਉ ਕਰੰਟ ਮਤਲਬ ਨਾਉ ਹੁਣ ਜਿਹੜਾ ਚੱਲ ਰਿਹਾ ਆ ਕਿਤੇ ਉੱਤੇ ਸਰਚ ਚੱਲ ਰਹੀ ਆ ਵੈਕਸੀਨ ਅਗੇਂਸਟ ਮਲੇਰੀਆ ਮਲੇਰੀਆ ਦੇ ਅਗੇਂਸਟ ਵੈਕਸੀਨ ਵਾਸਤੇ ਇਹ ਡਾਈ ਨੂੰ ਯੂਜ਼ ਕਰ ਰਹੀ ਆ ਉਥੇ ਸੀਗਾ ਨਾਉ ਇੱਥੇ ਕੀ ਆ ਗਿਆ ਕੀਵਰਡ ਕਰੰਟ ਠੀਕ ਹੈ ਕਰੰਟ ਦੀ ਜਗ੍ਹਾ ਤੇ ਤੁਹਾਨੂੰ ਪ੍ਰੈਜ਼ੈਂਟ ਵੀ ਦੇ ਸਕਦੇ ਸੀਗੇ ਠੀਕ ਹੈ ਸੋ ਕਿਹੜੀ ਬਿਮਾਰੀ ਉੱਤੇ ਕੰਮ ਚੱਲ ਰਿਹਾ ਆ ਉਹਨਾਂ ਨੇ ਕਿਹਾ ਕਿ ਹੁਣ ਜਿਹੜਾ ਸਾਡਾ ਟਾਰਗੇਟ ਆ ਉਹ ਮਲੇਰੀਆ ਦੇ ਅਗੇਂਸਟ ਵੈਕਸੀਨ ਆ ਸੋ ਕਿਹੜੀ ਬਿਮਾਰੀ ਦੇ ਅਗੇਂਸਟ ਵੈਕਸੀਨ ਸੀਗੀ ਉਹ ਹੈਗੀ ਆ ਆਪਣੀ ਮਲੇਰੀਆ ਮਲੇਰੀਆ ਦੇ ਅਗੇਂਸਟ ਵੈਕਸੀਨ ਵਾਸਤੇ ਉਹਨਾਂ ਨੂੰ ਯੂਜ਼ ਕੀਤਾ ਗਿਆ